ਏ ਆਕਾਸ਼ਵਾਣੀ ਜੰਮੂ ਹੈ ਬੜ ਲੈ ਖਬਰਾਂ ਤੁਹਾਨੂੰ ਦਾ ਸਵਾਗਤ ਮੈਂ ਲੇ ਖਾਸ ਖਬਰਾਂ ਕਰਨੇ ਮੈਂ ਜਗਮਨ ਸ਼ਰਮਾ पुंछ जिले के बालाकोट सैक्टर पाकिस्तान की तरफा संघर्ष विराम की खिलाफवर्जी करते हुए की गोलाबारी च एक नागरिक की मौत एक जख्मी जम्मू कश्मीर च कोरोना के दो सौ छपुंजा नमें मामले सामने आए न अजें तोरी पंज हजार तै सौ नड़िनवे कसरी नरोए भी हो चुके हैं मुल्ख कोविड नाइन्टीन महामारी कारण मरोंने गतरी भीस हजार को पार उपराज्यपाल रई बई के मकामी उत्पादें की मारक देने ते जैविक खेती की बढ़ावा देने पर जोर दिता उपराज्यपाल जी सी मुर्मू हो निर्माण क्षेत्र के श्रमिकों 4 ਕਰੋੜ 60 ਲੱਖ ਰੁਪਏ ਦੀ مالی ਸਹਾਇਤਾ ਕੀ ਮਨਜ਼ੂਰੀ ਦਿੱਤੀ ਗਈ ਹੈ ਖਬਰ ਦੀ تفصیل ਕਰਨੇ ਚੰਦਰਕANT ਸ਼ਰਮਾ ਪੁंछ ਜ਼ਿਲ੍ਹੇ ਦੇ ਬਲਗੋਟ ਸੈਕਟਰ ਸੇ ਪਾਕਿਸਤਾਨੀ ਗੋਲੀਬਾਰੀ ਚ ਇੱਕ ਨਾਗਰਿਕ ਦੀ ਮੌਤ ਹੋ ਗਈ ਹੈ ਤੇ ਇੱਕ ਉਹ ਜ਼ਖਮੀ ਹੋ ਗਿਆ ਹੈ ਪਾਕਿਸਤਾਨ ਨੇ ਸੰਘਰਸ਼ ਵਿਰਾਮ ਦੇ ਇੱਕ ਵਾਰੀ ਪਰਤੀ ਖਿਲਾਫ ਵਰਜੀ ਕਰਦੀ ਹੋਈ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਤੇ ਮੈਂਡਰ ਸੈਕਟਰ ਵਿੱਚ ਕਬਜ਼ਾ ਰੇਖਾ ਦੇ ਕੰਨੇ ਲੱਗਦੇ ਇਲਾਕੇ ਵਿੱਚ ਵਿਜਨ ਉਕਸਾਵੇ ਦੇ ਅੱਜ ਗੋਲੀਬਾਰੀ ਕੀਤੀ ਰੱਖਿਆ ਪ੍ਰਵਕਤਾ ਨੇ ਦੱਸਿਆ ਜੇ ਪਾਕਿਸਤਾਨੀ ਬਲੇ ਪਹਿਲੇ ਲੋਕੇ ਹਥਿਆਰ ਨੇ ਕੰਨੇ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਤੇ ਮੈਂਡਰ ਸੈਕਟਰ ਵਿੱਚ ਕਬਜ਼ਾ ਰੇਖਾ ਦੇ ਕੰਨੇ ਲੱਗਦੇ ਇਲਾਕੇ ਵਿੱਚ ਗੋਲੀਬਾਰੀ ਕੀਤੀ ਤੇ ਮਗਰਾ ਮੋਟਾਰ ਦੇ ਗੋਲੇ ਵੀ ਦਾਗੇ ਗੋਲੀਬਾਰੀ ਰਾਤੀ ਕੋਈ 2 ਵਜੇ ਸ਼ੁਰੂ ਹੋਈ ਤੇ ਭਾਰਤੀ ਜਵਾਨੇ ਵੀ ਇਸ ਗੋਲੀਬਾਰੀ ਦਾ ਜ਼ੋਰਦਾਰ ਤਰੀਕੇ ਕੰਨੇ ਪਰਤਾ ਦਿੱਤਾ ਦਪੱਖੀ ਗੋਲੀਬਾਰੀ ਬੜਲੇ ਪੌਣੇ 3 ਵਜੇ ਤੋੜੀ ਜਾਰੀ ਰਹੀ ਜੰਮੂ ਕਸ਼ਮੀਰ ਵਿੱਚ ਕੋਵਿਡ-19 ਦੇ ਕੱਲ 256 ਨਵੇਂ ਪੋਜ਼ਿਟਿਵ ਮਾਮਲੇ ਸਾਹਮਣੇ ਆਉਣੇ ਕਣੇ ਕੁੱਲ ਪੋਜ਼ਿਟਿਵ ਮਾਮਲਿਆਂ ਦੀ ਗਿਣਤੀ 8931 ਹੋ ਗਈ ਹੈ ਨਵੇਂ ਮਾਮਲੇ 74 ਜੰਮੂ ਤੇ 182 ਕਸ਼ਮੀਰ ਪ੍ਰਾਂਤ ਹਨ ਜੰਮੂ ਕਸ਼ਮੀਰ ਵਿੱਚ ਕੋਵਿਡ-19 ਕਰ ਨੇ 5 ਹੋਰ ਮਰੀਜ਼ਾਂ ਦੀ ਮੌਤ ਹੋ ਗਈ ਹੈ ਕੁੱਲ 8931 ਮਾਮਲੇ 7399 ਸਰਗਰਮ ਮਾਮਲੇ ਜਿਸਲੇ ਕੇ 5639 ਮੈਨਰ ਹੋਏ ਗਏ ਨੇ 143 ਜਨਾਂ ਦੀ ਅਜਿਹੀ ਤੋਂ ਨਹੀਂ ਇਸ ਲਗਾਕਾਰਨ ਮ੍ਰਿਤਿ ਹੋਈ ਗਈ ਹੈ ਇੰਦੇਸ਼ਾ 14 ਜੰਮੂ ਤੇ 129 ਕਸ਼ਮੀਰ ਪ੍ਰਾਂਤਮਨ ਕਾਸੀਰ ਮਰੀਜ਼ਾਂ ਦੇ ਨਿਰੋਇਓ ਨੇ ਮਗਰਾ ਕੱਲ ਜੰਮੂ ਕਸ਼ਮੀਰ ਦੇ ਬਖਵਕ ਹਸਪਤਾਲ ਨੇ ਤੁਮਾ ਛੁੱਟੀ ਦੇ ਦਿੱਤੀ ਗਈ ਇੰਦੇਸ਼ਾ 22 ਜੰਮੂ ਤੇ 59 ਕਸ਼ਮੀਰ ਪ੍ਰਾਂਤਮਨ ਸਰਕਾਰ ਨੇ ਲੋਕਾਂਗੇ ਆਖਿਆ ਜੇ ਕੋਵਿਡ 19 ਦੀ ਰੋਕਥਾਮ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਉਹ ਅਜੇ ਵੀ ਪੂਰੀ ਚਾਲੀ ਸਖਤੀ ਕਰਨੇ ਪਾਲਮਕਰਨ ਮੁਲਖਾਜ ਪਿਛਲੇ ਚੋਕੀ ਕੈਂਟ ਦੇ ਦਰਨ ਕੋਵਿਡ-19 ਦੇ 22259 ਨਵੇਂ ਮਾਮਲੇ ਸਾਹਮਣੇ ਆਏ ਨੇ ਜਿਹਦੇ ਕਰਨੇ ਕੁੱਲ ਮਾਮਲੇ ਦੀ ਗਿਣਤ 7 ਲੱਖ ਤੋਂ ਵੱਧ ਗਈ ਹੈ। ਕੇਂਦਰੀ ਸਿਹਤ ਪਰਿਵਾਰ ਕਲੈਨ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਜੇ ਦੇਸ਼ ਚ ਕੁੱਲ ਮਾਮਲੇ 719665 ਹੋ ਗਏ ਨੇ ਇੰਦੇਸ਼ਾ 259557 ਸਕਰੀਏ ਮਾਮਲੇ ਨੇ ਮੁਲਖਜ ਪਿਛਲੇ 24 ਘੰਟੇ ਦਰਨ ਕੋਵਿਡ 19 ਕਨੇ ਮਰੋਣਿਆਲੇ ਦੀ ਤਦਾਦ 20000 ਸ਼ਮਮਤੀ ਹੋਈ ਗਈ ਹੈ ਤੇ ਮਰੋਣਿਆਲੇ ਦੀ ਕੁੱਲ ਤਦਾਦ 12160 ਹੋਈ ਹੈ ਸਰਕਾਰ ਦਾ ਅਖਣਾ ਜੇ ਦੇਸ਼ ਚ ਕੋਵਿਡ 19 თਮਨ ਰੋਏ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਤਦਾਦ 439948 ਪੁੱਜੀ ਗਈ ਹੈ ਉਪਰਾਜੀਪਲ ਗ੍ਰਿਸ਼ਚੰਦਰ ਮੁਰਮੂਰੇ ਰਾਈਬਾਈ ਤੇ ਇਹਦੇ ਕੰਨੇ ਜੁੜੇ ਦੇ ਔਰ ਦੂਏ ਖੇਤਰੀਆਂ ਦੀ ਮਕਾਮੀ ਪੈਦਾਵਾਰ ਦਾ ਬ੍ਰਾਂਡ ਬਣਾਉਣ ਉਪਰ ਜ਼ੋਰ ਪਰਿਆ ਹੈ ਤਾਂ ਜੇ ਕੁਲ ਸੰਸਾਰੀ ਸਤਾ ਪਰ ਇੰਦੇ ਉਤਪਾਦਾਂ ਦੀ ਬਿਹਤਰ ਪਛਾਣ ਦੇ ਕੰਨੋ ਕਨੀ ਇਹਨੇ ਕੀ ਬਿਹਤਰ ਬਾਜ਼ਾਰ ਵੀ ਥੋਈ ਸਕਾ ਹੈ ਕਲ ਕਰਸਾਨ ਪਕਵਾੜੇ ਦੀ ਸ਼ੁਰੂਆਤ ਕਰਦੇ ਉਹਨੇ ਇਸ ਗੱਲ ਪਰ ਜ਼ੋਰ ਪਰਿਆ ਉਹਨੇ ਆਖਿਆ ਜੇ ਰਾਈਬਾਈ ਦੇ ਨਵੇਂ ਟੰਗ ਤਰੀਕੇ ਦੇ ਤਕਨੀਕੀ ਕੰਨੇ ਜਾਣਕਾਰੀ ਤੇ ਔਰ ਦੂਆ ਫਾਇਦਾ ਲੋਕੀਏ ਕਰਸਾਨੇ ਤੋਂ ਢੋਲੀ ਪ ਜਾਣੇ ਲਈ ਵੀ ਕੰਮਕਾਜ ਤੋੜਿਆ ਜਾਣਾ ਚਾਹੀਦਾ ਹੈ ਉਨੇ ਆਖਿਆ ਜੇ ਖੇਤੀ ਲਈ ਜ਼ਮੀਨ ਜਿਸ ਲਈ ਕਾਟੂਨ ਦੀ ਜ਼ਿਆਦਤ ਮਦਦ ਜ਼ਰੂਰੀ ਹੈ ਜੇ ਰਾਈ ਵਾਈ ਦੀ ਪੈਦਾਵਾਰ ਚ ਵਾਅਦਾ ਕੀਤਾ ਜਾイ ਸਕੇ ਉਨੇ ਕਿਸਾਨਾਂ ਨੂੰ ਥੋੜੀ ਨਮੀ ਜਾਣਕਾਰੀ ਤੋਲਣ ਪਹਾਨੇ ਲਈ ਨਵੇਂ ਮੋਬਾਈਲ ਐਪ ਤਿਆਰ ਕਰਨੇ ਉਪਰ ਵੀ ਜ਼ੋਰ ਪਰਿਆ ਉਨੇ ਦੇਸੀ ਤਰੀਕੇ ਕਨੇ ਰਾਈ ਵਾਈ ਕਰਨੇ ਉਪਰ ਜ਼ੋਰ ਪਾੰਦੇ ਔਰ ਮਦਦ ਕਿਸਾਨੇ ਕੇ ਸੋਇਲ ਹੈਲਥ ਕਾਰਡ ਜਾਰੀ ਕਰਨੇ ਲਈ ਆਖਿਆ ਤਾਂ ਜੇ ਮਿੱਟੀ ਦੀ ਪਰਖ ਕਰਦੀ ਹੋਈ ਇਹਦੇ ਨਿਰੋਇਪਨ ਕੀ ਬਣਾਈ ਰੱਖਿਆ ਜਾイ ਸਕੇ ਉਨੇ 100 ਫੀਸਤ ਕਿਸਾਨੇ ਕੇ ਕਿਸਾਨਦਾਰ ਕਾਰਡ ਜਾਰੀ ਕਰਨੇ ਲਈ ਵੀ ਜ਼ੋਰ ਪਰਿਆ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰ ਨੇ ਆਖਿਆ ਜੇ ਬੰਨੇ ਕਰਨੇ ਲੱਗਦੇ ਇਲਾਕੇ ਚ ਸਾਮਰਿਕ ਮਤ ਵਾਲੀ ਸੜਕਾਂ ਪੁਲਾਂ ਤੇ ਸੁਰੰਗਾਂ ਦੇ ਨਿਰਮਾਣ ਕੰਮਾਂ ਚ ਤੇਜ਼ੀ ਆਂਦੀ ਜਾਗ ਉਹਨੇ ਆਖਿਆ ਜੇ ਸੀਮਾ ਸੜਕ ਸੰਗਠਨ ਬੀ ਆਰ ਓ ਇਸ ਲਕਸ਼ੇ ਕੀ ਹਾਸਲ ਕਰਨ ਲਈ ਤੇਜ਼ੀ ਕਰਨੇ ਅਗੜੇ ਬਦਰਦਾ ਹੈ ਇਸ ਬਾਰੇ ਸਦੀ ਗਏ ਦੀ ਇੱਕ ਬੈਠਕ ਦੌਰਾਨ ਰਾਜਨਾਥ ਸਿੰਘ ਹੋਰ ਨੇ ਬੰਨੇ ਕਰਨੇ ਲੱਗਦੇ ਵੱਖ-ਵੱਖ ਰਾਜਾਂ ਦੇ ਕੇਂਦਰੀ ਰਾਜ ਪ੍ਰਬੰਧਨ ਵਾਲੇ ਪ੍ਰਦੇਸ਼ਾਂ ਚ ਇਹਨੇ ਕੰਮ ਦੀ ਪ੍ਰਗਤੀ ਤੇ ਰਫ਼ਤਾਰ ਦੀ ਸਮੀਖਿਆ ਕੀਤੀ ਤੇ ਪੂਰਾ ਬਿਓਰਾ ਹਾਸਲ ਕੀਤਾ ਉਨੇ ਜਾਰੀ ਪ੍ਰੋਜੈਕਟਾਂ ਦੇ ਕੰਮ ਵਿੱਚ ਤੇਜ਼ੀ ਅਨਨੇ ਪਰ ਵੀ ਜ਼ੋਰ ਪਰਿਆ ਪੂਰਬੀ ਲਦਾਖ 'ਚ ਅਸਲ ਕਬਜ਼ਾ ਰੇਖਾ ਪਰ ਭਾਰਤੀ ਆਵਾਇ ਸੈਨਾ ਪੂਰੀ ਚਾਲੀ ਸਬੂ ਕੀਤੇ ਸਤਰਕੇ ਤੇ ਇਨੇ ਬੜੇ ਮਤੇ ਉੱਚੇ ਤੇ ਪਹਾੜੀ ਇਲਾਕੇ 'ਚ ਕੁਸਾ ਵੀ ਚੁਣੌਤੀ ਕਨੇ ਨਿਭਣੇ ਲਈ ਸਾੜੇ ਜੰਗੀਜਾਦ ਪੂਰੀ ਚਾਲੀ ਤਿਆਨ ਆਕਾਸ਼ਵਾਣੀ ਸੰਵਾਦਤਾ ਨੇ ਜਾਣਕਾਰੀ ਦਿੱਤੀ ਹੈ ਜੇ ਜਦੂਦਾ ਅਸਲ ਕਬਜ਼ਾ ਰੇਖਾ ਪਰ ਭਾਰਤ ਤੇ ਚੀਨ ਵਿਚਕਾਰ ਗਤੀਰੋਧ ਬਣੇਦਾ ਹੈ ਭਾਰਤੀ ਆਵਾਇ ਸੈਨਾ ਆਪਣੀ ਭੂਮਿਕਾ ਪੂਰੀ ਮੁਸਤੀਦੀ ਤੇ ਜ਼ਿੰਮੇਵਾਰੀ ਕਨੇ ਨਿਭਾ ਕਰਦੀ ਹੈ ਇਦੇ ਲਾਵਾ ਮਾਲਸਮੀ ਅੰਟੋਨੀਅਲ ਜਹਾਜ਼ ਹਰਕੁਲੇਸ ਤੇ ਗਸ਼ਤ ਨਿਗਰਾਨੀ ਤੇ ਕੁਸਾ ਵੀ ਚੁਣੌਤੀ ਕਰਨੇ ਨਿਭਣ ਲਈ ਸਖੋਈ ਤੇ ਮੈਗਜਾਜ਼ ਵੀ ਇਲਾਕੇ ਚ ਤਿਆਰ ਨ ਵਾਈਸ ਐਨ ਨੇ ਇਸ ਇਲਾਕੇ ਚ ਆਪਣੇ ਹੈਲੀਕਾਪਟਰਾਂ ਦੀ ਸਮਰਥਾ ਚ ਵੀ ਵਾਦਾ ਕੀਤਾ ਹੈ ਤੇ ਭਲਿਆਂ ਅਜ ਕਲਾਂ ਦੀ ਇਹ ਤਿੰਨ ਕੇ ਤਕਨੀਕੇ ਕਨੇ ਲੈਸ ਚੀਨੂਕ ਅਪਾਚੇ ਚੀਤਾ ਤੇ ਚੇਤਕ ਹੈਲੀਕਾਪਟਰਾਂ ਕੀ ਉੱਤੇ ਪੂਰੀ ਨਿਗਰਾਨੀ ਕਰਨਿਆ ਸੇ ਰੱਖਿਆ ਗਿਆ ਹੈ ਇੱਕ ਖਬਰਾਂ ਤੋਂ ਅਕਾਸ਼ਵਾਣੀ ਜੰਮੂ ਥਮਸ ਸੁਨਾਰ ਦਿਓ ਤੇ ਉਨ ਬਾਕੀ ਦੀਆਂ ਖਬਰਾਂ ਕਰਨੇ ਜਗਮਨ ਸ਼ਰਮਾ ਉਪ ਰਾਜਪਾਲੋਂ ਦਾ ਸਲਾਹਕਾਰ ਫਾਰੂਖ ਖਾਨੋਂ ਨੇ ਜੋ ਮੁਕਸ਼ਮੀਰ ਦੇ ਬਖ ਬਖ ਜ਼ਿਲ੍ਹੇ ਵਿੱਚ ਨਿਰਮਾਣ ਕੰਮ ਵਿੱਚ ਲੱਗੇ ਦੇ ਮਜ਼ਦੂਰਾਂ ਤੇ ਉਹਦੇ ਆਸ਼ਰਮ ਤੇ ਲਈ ਬਖ ਬਖਸ ਕੀਮਤ ਐਤ ਮਾਲੀ ਮਦਦ ਦੇਣ ਲਈ 4 ਕਰੋੜ 67 ਲੱਖ ਰੁਪਏ ਦੀ ਰਕਮ ਜਾਰੀ ਕੀਤੀ ਹੈ ਜਮੁਕਸ਼ਮੀਰ ਚ ਪਵਨ ਨਿਰਮਾਣ ਤੇ ਹੋਰ ਦੋਈ ਇਮਾਰਤਾਂ ਕੀ ਬਣਾਉਣ ਦੇ ਕੰਮ ਵਿੱਚ ਲੱਗੇ ਦੇ ਮਜ਼ਦੂਰਾਂ ਦੇ ਕਲਿਆਣਕਾਰੀ ਬੋਰਡ ਆਸਿਆ ਚਲਾਇਆ ਜਾਂਦੀ ਸਕੀਮ ਤਹਿਤ ਮਨਜ਼ੂਰ ਕੀਤੀ ਗਈ ਦੀ ਰਕਮ ਦਾ ਅਦਾਇਸਾ ਬੰਡ ਦਿੱਤਾ ਗਿਆ ਹੈ ਜਿਸ ਲਈ ਕਿ ਬਾਕੀ ਦੀ ਰਕਮ ਵੀ ਆਉਣ ਦੇ ਕਿਸ਼ ਦਿਨਾਂ ਵਿੱਚ ਬੰਡ ਦਿੱਤੀ ਜਾਗ ਇਸ ਦੌਰਾਨ ਸਲਾਹਕਾਰੋਂ ਨੇ ਮ੍ਰਿਤਿਉ ਤੇ ਮਤੇ ਗੰਭੀਰ ਤੌਰ पर बीमार मजदूरें की माली मदद देने दो दे सौ छिहत्तर मामलों की मंजूरी दी है ध्यानजा है कि मृत्यु की सूरत च मजदूर कल्याणकारी बोर्ड आसे आश्रित की दो लाख रुपए की माली मदद देने के दे अलावा खीरी क्रियाक्रम रुपए हजारपी मदद भी दीजी है यह अलावा बोर्ड आसया पंजीकृत मजदूर जड़े गंभीर जानलेवा बीमारियों के पीड़ित न उन्हें इलाज और दुए खर्चे ले भी बरे पिछे एक लाख रुपए की मदद दी है राष्ट्रीय जांच एजेंसी एनआईए ने पुलवामा आतंकी हमले मामले च एक और आरोपी की गिरफ्तार किया है इस हमले की अंजाम देने दस जन्ता है ज मद से सहयोग द्ता है इस सिलसिले च में सत्वीं गिरफ्तारी है एनआईए जम्मू जमू विशेष अदालत इस आदमी दसें देने दी है। जी जी। की दसें दिन रिमांड पर भेज दिता है चेता होगा फरवरी दो हजार उन्नीस च पुलवामा च सीआरपीएफ के एक काफिले पर हो आतंकी हमले च बल के चाली जवान शहीद हो गए इस हमले च में आईईडी विस्फोटकें लदोई की ਬਾਰ ਦਾ ਇਸਤੇਮਾਲ ਕੀਤਾ ਗਿਆ ਹਾ ਜੰਮੂ ਦੇ ਡਿਵੀਜ਼ਨਲ ਕਮਿਸ਼ਨਰ ਸੰਜੀਵ ਵਰਮਾ ਹੋਰੇ ਕੱਲ ਜੰਮੂ ਪ੍ਰਾਂਤਾ ਦੇ ਸਾਰੇ ਜ਼ਿਲ੍ਹਾ ਵਿਕਾਸ ਕਮਿਸ਼ਨਰਾਂ ਦੀ ਬੈਠਕ ਲਵਾਈ ਹੈ ਖਿੱਤੇ 'ਚ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਈ ਜਾ ਰਹੀ ਬਖ-ਬਖ ਸੜਕ ਪਰਿਯੋਜਨਾਵਾਂ ਦੇ ਕੰਮਕਾਜ ਦੀ ਜਾਣਕਾਰੀ ਹਾਸਲ ਕੀਤੀ ਇਸ ਮੌਕੇ ਪਰ ਉਹਨੇ ਇਹਨੇ ਕੰਮ ਲਈ ਉਪਲਬਧ ਮਜ਼ਦੂਰ ਹੈ ਨਿਰਮਾਣ ਸਮਗਰੀ ਤੇ ਹੋਰ ਦੂਈ ਚੀਜ਼ਾਂ ਬਾਰੇ ਵੀ ਤਫਸੀਲੀ ਪਿਓਰਾ ਮੰਗਿਆ ਉਹਨੇ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਤਹਿਤ ਬਣਾਈ ਜਾ ਰਹੀ ਬਖ-ਬਖ ਸੜਕ ਪਰਿਯੋਜਨਾਵਾਂ ਦੇ ਕੰਮਕਾਜ 'ਚ ਹੋਰ ਤੇਜ਼ੀ ਆਣਨੇ ਤੇ ਇਹਨੇ ਸਾਰੇ ਕੰਮ ਕੀ ਮਿੱਥੇ ਕੇ ਦੇ ਸਮੇਂ ਦੇ ਅੰਦਰ ਅੰਦਰ ਕੇ ਪੂਰਾ ਕਰਨ हिदता भी जारी कि उन्हें जिला विकास कमिश्नरें दुए सबंधित तो अधिकारियों आख्या इन्हें कमें पर निगरानी रखने हफ्ते हफ्ते महीने महीने निशा तय करश्मीर के बपार कारोबार की बढ़ावा देनेबधी संगठन जीपीओ के माल सम्य बहरले मुल्कें भेजने भारतीय संगठन ਫੈਡਰੇਸ਼ਨ FIEO Asia ਸੰਜੇ ਤੌਰ 'ਤੇ ਇੱਕ ਵਿਸ਼ੇਸ਼ ਵੈਬਿਨਾਰ ਦਸਰਿਸਤਾ ਕੀਤਾ ਗਿਆ ਜਦਾ ਮਕਸਦ ਜੰਮੂ ਕਸ਼ਮੀਰ ਦੇ ਉਤਪਾਦਾਂ ਕੀ ਮਲਕਾਸਮਾਰ ਪੇਛਨੇ ਬਾਰੇ ਸਲਾਹ ਸੋਤਰ ਕਰਨਾ ਹ ਜ਼ਿਲ੍ਹਾ ਨਿਰਯਾਤ ਹਬ Asia ਆਯੋਜਿਤ ਇਸ ਵੈਬਿਨਾਰ ਚ ਜੰਮੂ ਜ਼ਿਲ੍ਹੇ ਕੀ ਇਸ ਜਲਚ ਸ਼ੁਰੂਆਤੀ ਤਜਾਅਮਾਈ ਤੌਰ 'ਤੇ ਲਟਕਿਆ ਗਿਆ ਹੈ ਜਮੂ ਜ਼ਿਲ੍ਹੇ ਦੇ ਬਾਖਵਾਖ ਖੇਤਰ ਦੇ ਵਪਾਰੀ ਅਤੇ ਕਾਰੋਬਾਰੀ ਇੱਥੇ ਚ ਸਲਾਹਤਾ ਵੈਬਿਨਾਰ ਚ ਮੁਖ ਤੌਰ 'ਤੇ ਜਮੂ ਪ੍ਰਾਂਤ ਦੇ ਬਾਖਵਾਖ ਸਿਸਥਮਾ ਮਖੀਰ ਅਖਰੋਟ ਉਨ ਬਸੋਲੀ ਦੀ ਚਿੱਤਰਕਾਰੀ ਤੇ ਪਸ਼ਮੀਨਾ ਬਾਸਮਤੀ ਚੋਲ ਤੇ ਦਵਾਈਆਂ ਦੇ ਅਲਾਵਾ ਜਮੂ ਪ੍ਰਾਂਤ ਚ ਗਏ ਪੈਦਾਵਾਂ ਨਾਲੇ ਖੁਸ਼ਬੂਈ ਵਾਲੇ ਲਵੈਂਡਰ ਫੁੱਲਾਂ ਦੀ ਖੇਤੀ ਤੇ ਉਤਪਾਦਨ ਦੀ ਬਾਰਪੇਜ ਨੇ ਦੇ ਤੌਰ ਤਰੀਕੇ ਦੇ ਬਾਖਵਾਖ ਪਹਿਲੂਆਂ ਪਰ ਸਲਾਹ ਸੋਤਰ ਕੀਤਾ ਗਿਆ ਜੰਮੂ ਸ੍ਰੀਨਗਰ ਰਾਸ਼ਟਰੀ ਜਨਰਲੀ ਸ਼ੜਕਾ ਪਰ ਉਦਮਪੁਰ ਕਾਸ਼ ਵੀਰਵਾਨ ਪੁਲਾ ਦਾ ਕੰਮ ਮੁਕੰਮਲ ਹੋ ਜਾਣੇ ਦੇ ਬਾਅਦ ਇਸ ਪੁਲਾ ਦਾ ਇਸਤੇਮਾਲ ਕਰਨ ਵਾਲੇ ਲੋਕਾਂ ਰਾਤ ਮਹਿਸੂਸ ਕੀਤੀ ਹੈ ਅੱਜ ਕੋਲਾ ਕੋਈ 40 ਰੋਜ਼ ਪਹਿਲੇ ਇਲਾਕੇ ਚ ਭਾਰੀ ਬਰਖਾ ਦੇ ਬਾਅਦ ਪੁਲਾ ਦਾ ਇੱਕ ਵੱਡਾ ਹਿੱਸਾ ਟੇਈ ਪਿਆ ਹਾ ਜਿਹਦੇ ਕਰੀ ਫੌਜ ਸਮੇਤ ਇਹਦੇ ਪ੍ਰਾ ਲੰਘਣ ਵਾਲੇ ਹਜ਼ਾਰਾਂ ਬੱਦੇ ਲੋਕਾਂ ਦੀ ਬੜੀ ਮਤੀ ਅਸੁਵਿਧਾ कर दी ही फौजी गड्डय की आओजाई को ले ये भी ए पुल बड़ा महत्वपूर्ण मने है केंद्रीय मंत्री डॉ जितेंद्र सिंह एक ट्वीट च जे पुल मरम्मत दे बाद गड्डि की आज बहाल होना एक बड़ी राहत है जेड़े जड़े एमाल कर न। सीमा सड़क संगठन भी आरओ ने ने युद्ध स्तर पर काम करते हुए दिन रात एक करिए चाली दिन के दे रिकॉर्ड समय च इसी तैयार किया केंद्रीय माध्यमिक शिक्षा बोर्ड सीबीएसई ने कोविड नाइन्टीन के चलते लाए गए लॉकडाउन करी बच्चे की पढ़ाई के नुकसान की ध्यान रखते हुए नौमी को ले बारहवीं जमात सिलेबस च त्री प्रतिशत की कमी करने का ऐलान किया कल एक दे बाद एक जारी अपने कई सारे ट्वीट जो मानव संसाधन विकास मंत्री रमेश पोखरियाल निशंक होने आख्या बुनियादी अभिप्राय बनाए रखते हुए सिलेबस की तर्कसंगत बनाने का फैसला लिया गया है उन्हें दस मुल्ख कोविड नाइन्टीन करी पैदा हालात की ध्यान ਨੌਵੀਂ ਕੋਲਾ ਲਈ ਇਹ 12ਵੀਂ ਤੋੜੀ ਦੇ ਵਿਦਿਆਰਥੀਆਂ ਪਰ ਸਿਲੇਬਸ ਦਾ ਬੋਝ ਘਟ ਕਰਨੇ ਦੀ ਸਲਾਹ ਦਿੱਤੀ ਗਈ ਹੈ ਤੇ ਖੇਚ ਮੁੱਖ ਖਬਰਾਂ ਪੁੰਛ ਜ਼ਿਲ੍ਹੇ ਦੇ ਬਾਲਾਕੋਟ ਸੈਕਟਰ 'ਚ ਪਾਕਿਸਤਾਨ ਦੀ ਤਰਫਾਂ ਸੰਘਰਸ਼ ਵਿਰਾਮ ਦੇ ਖਿਲਾਫ ਵਰਜੀ ਕਰਦੇ ਹੋਏ ਕੀਤੀ ਗਈ ਗੋਲੀਬਾਰੀ 'ਚ ਇੱਕ ਨਾਗਰਿਕ ਦੀ ਮੌਤ ਇੱਕ ਜ਼ਖਮੀ ਜੰਮੂ ਕਸ਼ਮੀਰ 'ਚ ਕਰੋਨਾ ਦੇ 256 ਨਵੇਂ ਮਾਮਲੇ ਸਾਹਮਣੇ ਆਏ ਅਜੇ ਤੋੜੀ 5399 ਮੇ ਕਸਰੀ ਨਰੋਏ ਹੋ ਚੁੱਕੇ ਦੇ ਨੇ ਮੁਲਖ ਵਿੱਚ ਕੋਵਿਡ-19 ਮਹਾਮਾਰੀ ਕਾਰਨ ਮਰੋਣੇ ਵਾਲਿਆਂ ਦੀ ਗਿਣਤੀ 20000 ਕੋਲ ਮਤੀ ਹੋਈ ਗਈ ਹੈ ਉਪ ਰਾਜਪਾਲਵਰੇ ਰਾਈਵਾਇ ਦੇ ਮਕਾਮੀ ਉਤਪਾਦਾਂਗੇ ਮਾਰਕਾ ਦੇਣ ਤੇ ਜੈਵਿਕ ਖੇਤੀ ਕੀ ਵਿੜਾਵਾ ਦੇ ਨੇ ਉਪਰ ਜ਼ੋਰ ਭਰਿਆ ਆਇਆ ਹੈ ਇਹਦੇ ਕਹਨੇਗਾ ਖਬਰਾਂ ਦਾ ਇਹ ਬੁਲੇਟਿਨ ਸਮਾਪਤ ਹੁੰਦਾ ਹੈ